करो जी ऑर्डर क्वालिटी भी दोस्तों वेख लैनी है लिबास सोना किया वे सुबह दूसरा सुई ये नंबर आ गई चार जा की पिछे दे पाजी बच्चा दिता है पिछे दे बच्चा माशाल्लाह जी वेल चेक करनी माशाल्लाह जी सारियां गावां दी वैड़ां दी इन्नी वेल ही नहीं होंदी माशाल्लाह जी ਤੋਰੇ ਭਾਈ ਜਰਾ ਲੰਮੀ ਟੋਰੇ ਕਿਦਾਂ ਦੀ ਸੂਈ ਜੇ ਭਾਜੀ ਅੱਜ ਸੂਈ ਨੂੰ ਨਾਵਾ ਦਸਮਾ ਦੇ ਨਾਲ ਹੋ ਗਿਆ 10 ਕਿ ਦਿਨ ਹੋ ਗਏ ਨੇ ਸੁਬਾ ਦੂਸਰਾ ਮਾਸ਼ਾਅੱਲਾ ਜੀ ਲਿਬਾਸ ਨੇ ਵੀ ਸੋਹਣਾ ਕੀਤਾ ਥਣ ਬੜੇ ਪਾਵਰਫੁਲ ਮੱਝਾਂ ਦੇ ਲੱਗੇ ਨੇ ਦੁੱਧ ਕਿੰਨਾ ਕੇ ਪਟੋ ਸਾਬ ਦੇ ਕੋਲ ਭਾਜੀ ਦੁੱਧ ਹੈ ਕੋ 18 19 ਕਿਲੋ ਲੇਕਿਨ ਤੁਸੀਂ 16 ਕਿਲੋ ਮੈਂ ਦੁੱਧ 16 ਕਿਲੋ ਦੁੱਧ ਦੀ ਗਾਰੰਟੀ ਮਾਸ਼ਾਅੱਲਾ ਜੀ ਪਿੱਛੇ ਬੱਚੀ ਇਹਦੇ ਭਾਜੀ ਬੱਚੀ ਸਲਾਮੁ ਅਲੈਕੁਮ ਸਜਣੋ ਤੇ ਬੇਲੀਓ ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਅੱਜ ਦਿਨ ਜੀ ਬੁੱਧ ਦਾ ਤੇ ਇਸ ਟਾਈਮ ਫਹਰੇ ਸਿਆਲਕੋਟ ਸਿਆਲਕੋਟ ਦੇ ਨਾਮਵਰ ਤੇ ਸਸਤੇ ਵਪਾਰੀ ਅਮਾਨਤ ਉਰਫ ਪਟੋ ਸਾਹਿਬ ਦੇ ਡੇਰੇ ਤੇ ਮੌਜੂਦ ਆ ਤੇ ਮਾਸ਼ਾਅੱਲਾ ਜੀ ਪਟੋ ਸਾਹਿਬ ਇੱਕ ਦਫਾ ਫੇਰ ਆ ਗਏ ਨੇ ਤੇ ਛਾ ਗਏ ਨੇ ਪਟੋ ਸਾਹਿਬ ਮਿਹਨਤ ਕਰਕੇ ਦੋਸਤਾਂ ਵਾਸਤੇ ਪੰਜ ਖੂਬਸੂਰਤ ਅਸਲੀ ਤੇ ਨਸਲੀ ਮناسب ਕੀਮਤ ਵਾਲੇ ਜਾਨਵਰ ਲੈ ਕੇ ਆਏ ਨੇ ਜਿਨ੍ਹਾਂ ਚ ਮਾਸ਼ਾਅੱਲਾ ਜੀ 15 16 ਕਿਲੋ ਦੁੱਧ ਵਾਲੇ ਜਾਨਵਰ ਵੀ ਮੌਜੂਦ ਨੇ ਕਮ ਅਜ਼ ਕਮ ਕੀਮਤ ਹੈ ਜੀ 2 ਲੱਖ ਤੇ 35000 ਸਾਰੇ ਜਾਨਵਰਾਂ ਦੀ ਤਸੱਲੀ ਕਰਾਣੇ ਆ ਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮناسب ਰੇਟ ਹੈ ਉਹ ਵੀ ਮਲੂਮ ਕਰਨੇ ਆ ਪਟੋ ਸਾਹਿਬ ਆਓ ਜੀ ਸਾਹਮਣੇ ਜੀ ਅਸਲਾਮੁ ਅਲੈਕੁਮ ਭਾਈ ਫਰਾ ਕੀ ਹਾਲ ਠੀਕ ਹੋ ਜੀ ਅੱਲਾ ਪਾਕ ਦਾ ਬੜਾ ਸ਼ੁਕਰ ਉਹਦੀ ਜ਼ਾਤ ਦਾ ਕਰਮ ਹੈ ਪਟੋ ਸਾਹਿਬ ਤੁਸੀਂ ਸੁਣਾਓ ਠੀਕ ਹੋ ਬੜੇ ਅੱਲਾ ਪਾਕ ਦਾ ਕਰਮ ਠੀਕ ਠਾਕ ਹੋਰ ਸੁਣਾਓ ਉਹਦੀ ਜ਼ਾਤ ਦਾ ਬੜਾ ਕਰਮ ਹੈ ਆਲਰੇਡੀ ਕੋਈ 2-3 ਵੀਡੀਓਜ਼ ਅਪਲੋਡ ਕੀਤੀਆਂ ਨੇ ਲੇਕਿਨ ਜਿਹੜੀ ਪਿਛਲੀ ਵੀਡੀਓ ਅਪਲੋਡ ਕੀਤੀ ਹੈ ਦੋਸਤਾਂ ਨੇ ਬੜੀ ਪਸੰਦ ਕੀਤੀ ਹੈ ਮਾਸ਼ਾਅੱਲਾ ਜੀ ਅੱਜ ਵੀ ਤੁਹਾਡਾ ਖੜਾ ਕੇ ਦੋਸਤ ਜਨਾਬ ਦੇ ਨਾਮ ਤੋਂ ਜਨਾਬ ਦੇ ਕੰਮ ਤੋਂ ਵਾਕਿਫ ਨੇ ਦੋਸਤਾਂ ਨੂੰ ਫੇਰ ਆਪਣਾ ਤੇ ਆਪਣੇ ਡੇਰੇ ਦਾ ਵੀ ਤਾਰਫ ਕਰਵਾ ਦਿਓ ਜ਼ਿਲ੍ਹਾ ਸਿਆਲਕੋਟ ਤਹਿਸੀਲ ਪਸਰੂਰ ਡਾਕਖਾਨਾ ਥਾਣਾ ਫਲੋਰਾ ਚਵਿੰਡੇ ਤੋਂ 3 ਕਿਲੋਮੀਟਰ ਗ੍ਰਿਡ ਸਟੇਸ਼ਨ ਕੋਲ ਮੇਰਾ ਡੇਰਾ ਬੈਕ ਸਾਈਡ ਤੇ ਭਾਗਵਾਲ ਤੋਂ 4 ਕਿਲੋਮੀਟਰ ਸਮਝਦੇ ਹੋ ਇਹ ਸਾਹਮਣਾ ਮੇਨ ਰੋਡ ਚੱਲਦਾ ਹੈ ਇਹ ਸਾਹਮਣੇ ਮੇਨ ਰੋਡ ਹੈ ਜੀ ਤੇ ਇਹ ਜੀ ਗ੍ਰਿਡ ਸਟੇਸ਼ਨ ਹੈ ਤੇ ਉਹਦੀ ਬੈਕ ਸਾਈਡ ਤੇ ਪਟੋ ਸਾਹਿਬ ਦਾ ਡੇਰਾ ਹੈ ਫਲੋਰੇ ਚੌਂਕ ਤੋਂ ਬਿਲਕੁਲ ਹੀ ਨਜ਼ਦੀਕ ਹੈ ਮਜ਼ੀਦ ਨੰਬਰ ਮਜ਼ੀਦ ਪੁੱਛਣਾ ਹੋਏ ਤੇ ਖਾਨ ਵਾਲੀ ਪੰਪ ਤੇ ਆਣ ਕੇ ਪੁੱਛਣਾ ਪਟੋ ਦੇ ਡੇਰੇ ਜਾਣਾ ਖਾਨ ਵਾਲੀ ਬਾਗੇ ਪੰਪ ਹੈ ਠੀਕ ਹੋ ਗਿਆ ਸਪਲਾਈਆਂ ਨੇ ਜੀ ਮੈਂ ਕਰਨੀਆਂ ਔਰ ਅੱਲਾ ਜਾਣਦਾ ਨਹੀਂ ਕਰਨੀਆਂ ਨਾ ਮੈਂ ਇੰਜ ਕਰਾਉਣਾ ਜੇ ਠੀਕ ਹੈ ਅੱਲਾ ਦੇ ਫਜ਼ਲ ਕੋਲ ਜੋ ਕੋ ਹੈ ਨਾ ਮੈਂ ਉਹ ਕੋਈ ਦੱਸਣਾ ਜੇ ਇਹਨਾਂ ਨੇ ਮੈਂ ਛੱਡੇ ਨਹੀਂ ਜੇ ਖਾਣੇ ਛੱਡੇ ਜਿਹੜੇ ਅੱਲਾ ਨੇ ਲਾੜੇ ਨਾ ਇਹਦੀ ਕਸੂਰ ਤੇ ਤਾਂ ਮੈਂ ਇੰਜ ਕਰਾਉਂਦਾ ਮੈਂ ਠੀਕ ਹੈ ਇਹ ਛੱਡੇ ਉਂਝ ਹੀ ਅੱਲਾ ਹੀ ਜਾਣ ਮੈਂ ਤਾਂ ਖਾ ਲਾਈਆਂ ਨੇ ਇੰਜ ਹੀ ਨਹੀਂ ਜੇ ਮੈਂ ਹੁੰਦਾ ਤਾਂ ਨਾ ਮੈਂ ਕਰਨਾ ਜੇ ਇੰਜ ਜੀ ਬਿਹਤਰ ਹੋ ਗਿਆ ਜੀ ਮੈਦਾਨ ਹੁਣ ਜੀ ਲਾਇਆ ਨਾ ਮਾਸ਼ਾਅੱਲਾ ਜੀ ਬਿਹਤਰ ਹੋ ਗਿਆ ਰੇਟਾਂ ਦਾ ਵੀ ਖੜਾ ਕੇ ਜਦੋਂ ਲੱਭ ਦੇਣ ਲੱਭਣਗੇ ਇਨਸ਼ਾਅੱਲਾ ਮਾਸ਼ਾਅੱਲਾ ਜੀ ਕਰਾਈਏ ਸ਼ੋਕ ਇੱਕ ਹੋਰ ਮੇਰਾ ਲਾਣ ਹੈ ਮੈਂ ਹਰ ਬੰਦੇ ਦੀ ਮਿੰਤ ਕਰਾਂਗਾ ਔਰ ਅਪੀਲ ਕਰਾਂਗਾ ਜਿੱਥੋਂ ਮਾਲ ਲੈਂਦੇ ਹੋ ਇੱਕ ਟਾਈਮ ਕੋਈ ਨਾ ਚੋਕ ਖੜੋ ਦੋ ਟਾਈਮ ਜੋਵੋ ਸਫਾਈ ਕਰੋ ਦੋ ਟਾਈਮ ਜੋਵੋ ਮੇਰੇ ਮਾਲ ਚੋ ਇਹ ਗਲਤੀ ਜੁੱਤੀਆਂ ਖਾਣ ਦੀ ਲੈ ਕੇ ਹੋਵਾਂਗਾ ਦਾਦੇ ਫਿਰ ਆਲ ਪਾਕਿਸਤਾਨ ਦੀ ਗੱਲ ਚੱਲੀ ਜ਼ਿੰਦਾਬਾਦ ਠੀਕ ਹੈ ਅਸੀਂ ਵੀ ਐਸੇ ਸਪੋਰਟ ਚ ਆਂ ਕਿ ਮਾਲ ਦੋ ਟਾਈਮ ਸਮਝਦੇ ਹੋ ਇਹ ਵੇਖੋ ਇੱਕ ਮਿੰਟ ਭਾਈ ਫਰਾਦ ਦੋ ਟਾਈਮ ਮਾਲ ਚੋਵੋ ਜਿਹੜਾ ਮੈਂ ਦੁੱਧ ਦੱਸਾਂਗਾ ਮੇਰਾ ਡੰਗਾ 3 ਸਿਰ ਵਧਿਆ ਤੇ ਮੇਰੇ ਕਾਰੋਬਾਰ ਵਾਸਤੇ ਦੁਆ ਕਰਨੀ ਤੇ ਮੇਰੇ ਬੱਚੇ ਵਿੱਚ ਦੁਆ ਕਰਨੀ ਹੈ ਠੀਕ ਹੈ ਇਨਸ਼ਾਅੱਲਾ ਮੇਰੇ ਹਰ ਬੰਦੇ ਕੀ ਮਿੰਤ ਇੱਕ ਇੱਕ ਟਾਈਮ ਮਾਲ ਝੋਕ ਨਾ ਕਰੋ ਜੀ ਬਿਹਤਰ ਹੋ ਗਿਆ ਜੀ ਠੀਕ ਹੋ ਗਿਆ ਅਪੀਲ ਤੁਹਾਡੀ ਠੀਕ ਹੈ ਪੈਸੇ ਦੇਣੇ ਨੇ ਕੰਮ ਤੋਂ ਸਾਰੇ ਇੱਕ ਮਿੰਟ ਜੀ ਜਿਹੜਾ ਇਨਸਾਨ ਆਪਣੇ ਬੱਚਿਆਂ ਵਾਸਤੇ ਲੈਂਦਾ ਮਾਲ ਇੱਕ ਟਾਈਮ ਤੇ ਹਰ ਬੰਦਾ ਬਾਲਟੀ ਭਰਾਂਦਾ ਭਰਾਂਦਾ ਕਿ ਰਾਤ ਉੱਠ ਕੇ ਝੋਹੜੀਆਂ ਮਜ਼ਾ ਤੇ ਫੇਰੇ ਮੈਂ ਹਰ ਬੰਦੇ ਨੂੰ ਮਿੰਤ ਹੀ ਕੀਤੀ ਅੱਗੇ ਅਗਲੀ ਵੀਡੀਓ ਮਿੰਤ ਕੀਤੀ ਹੈ ਕਿ ਭਾਜੀ ਦੀ ਸਫਾਈ ਕਰੋ ਦੋ ਟਾਈਮ ਆਣ ਕੇ ਮਾਲ ਚੋਵੋ ਤੁਹਾਡੇ ਕਿਤੇ ਨਹੀਂ ਪੈਸੇ ਤੁਹਾਡੇ ਜਿਹੜਾ ਪੈਟਰੋਲ ਹੈ ਨਾ 100 200 ਦੇ ਪੈਟਰੋਲ ਨਾਲ ਤੁਸੀਂ ਥੱਕ ਨਹੀਂ ਚੱਲਦੇ ਜਦੋਂ ਤੁਹਾਡੇ ਬੱਚਿਆਂ ਨੇ ਬਾਦੂਆਂ ਦੇਣੀਆਂ ਨੇ ਢਿੱਡੋਂ ਬਾਦੂਆਂ ਗਾਲਾਂ ਕੱਢਣੀਆਂ ਨਾ ਲੇਕਿਨ ਭਾਜੀ ਮੈਂ ਮਿੰਤ ਕਰਨਾ ਇਹ ਵੇਖੋ ਮੇਰੀ ਮਿੰਤ ਹੈ ਇੱਕ ਟਾਈਮ ਮਾਲ ਚੋਕ ਨਾ ਕਰੋ ਠੀਕ ਹੋ ਦੋ ਟਾਈਮ ਮਾਲ ਚੋਵੋ ਜੀ ਬਿਹਤਰ ਹੋ ਗਿਆ ਇਨਸ਼ਾਅੱਲਾ ਤੁਹਾਡੀ ਵੀ ਇੱਜ਼ਤ ਹੈ ਮੈਂ ਸਾਡੀ ਵੀ ਆ ਬਿਲਕੁਲ ਜੀ ਹਾਂਜੀ ਗੱਲ ਆਓ ਜੀ ਭਾਈ ਕਰਾਮਾ ਸਾਹਿਬ ਕੀ ਹਾਲ ਹੈ ਠੀਕ ਹੋ ਸੋਹਣੀ ਗੱਲ ਕੀਤੀ ਨੇ A1 ਭਾਜੀ 200% ਸੋਹਣੀ ਗੱਲ ਹੈ ਮਾਸ਼ਾਅੱਲਾ ਜੀ ਹੋ ਗਿਆ ਭਾਜੀ ਮਾਸ਼ਾਅੱਲਾ ਜੀ ਵੈਡ ਨੰਬਰ 1 ਆ ਗਈ ਹੈ ਪਿਆਰੇ ਭਾਈ ਇੱਥੇ ਜ਼ਰਾ ਖਲਾਰਨੀ ਸਿੱਧੀ ਕਰਕੇ ਪਟੋ ਸਾਹਿਬ ਤੁਸੀਂ ਮੇਰੇ ਕੋਲ ਆਈਆਂ ਨਾ ਜ਼ਰਾ ਕਿੰਨਵਾ ਸੁਆ ਸੁਈ ਜੇ ਭਾਜੀ ਪਹਿਲਣ ਮੱਛੀ ਹੈ ਪਹਿਲਣ ਵੈਡ ਹੈ ਕਿੰਨੇ ਦੰਦੇ ਮੂੰਹ 4 ਜੇ 4 ਦੰਦੇ ਹੈ ਵਿੱਚੋਂ ਕੀ ਇਹ ਨਸਲ ਬੜੀ ਹੈ ਮਾਸ਼ਾਅੱਲਾ ਜੀ ਪਹਿਲਣ ਹੋ ਕੇ ਥਣ ਵੀ ਸੋਹਣੇ ਮੁੱਠੀ ਲੱਗੇ ਨੇ ਕਿਦਾਂ ਦੀ ਸੂਈ ਹੈ ਪਟੋ ਸਾਹਿਬ ਇਹਨੂੰ ਸੂਈ ਨੂੰ 20 ਤੋਂ 25 ਦਿਨ ਹੋ ਗਏ ਨੇ 25 ਕਿ ਦਿਨ ਹੋ ਗਏ ਨੇ ਭਾਈ ਜਰਾ ਟੋਰੇ ਹੁਣ ਜਾ ਕੇ ਕਰਕੇ ਲੰਮੀ ਟੋਰੇ ਸੁਆ ਪਹਿਲਾ ਵੇ ਚੋਗੀ ਹੈ ਮਾਸ਼ਾਅੱਲਾ ਜੀ ਨੰਬਰ 1 ਤੇ ਚੈੱਕ ਕਰਾਨੇ ਆ ਪੇ ਲਿਬਾਸ ਵੀ ਦੋਸਤਾਂ ਵੇਖ ਲੈਣਾ ਦੁੱਧ ਕਿੰਨਾ ਕਿ ਪਟੋ ਸਾਹਿਬ ਦੇ ਕੋਲ ਭਾਜੀ ਦੁੱਧ ਤੇ ਕੋ ਦਵਾਂਗੇ 14 ਕਿਲੋ ਜੇ ਤੇ ਵੈਰੀ ਮੇਰੇ ਕੋ ਦੁੱਧ ਹੋਇਆ 17 ਕਿਲੋ 16 ਕਿਲੋ ਅੱਛਾ ਠੀਕ ਤੇ ਫੇਰ ਰੱਖਣਾ ਸ਼ਾਬਾਸ਼ ਮਾਸ਼ਾਅੱਲਾ 14 ਕਿਲੋ ਦੁੱਧ ਦੀ ਗਾਰੰਟੀ ਗੱਲੇ ਡੱਕੀ ਨਹੀਂ ਜੀ ਬਿਹਤਰ ਹੋ ਗਿਆ ਨੈਨੇ ਡੱਕੀ ਖਿਲਾ ਰਿਓ ਜੀ ਇਕਰਾਮ ਸਾਹਿਬ ਖਿਲਾ ਰਿਓ ਇਹਦਾ ਚਿਹਰਾ ਵੀ ਚੈੱਕ ਕਰਾ ਮਾਸ਼ਾਅੱਲਾ ਜੀ ਮੱਛੀ ਡੱਕੀ ਨਹੀਂ ਮਾਸ਼ਾਅੱਲਾ 4 ਦੰਦੇ ਹੈ ਵਿੱਚੋਂ ਕੀ ਇਹ ਚਿਹਰੇ ਦੀ ਖੂਬਸੂਰਤੀ ਬਰੀਕੀ ਦੋਸਤਾਂ ਚੈੱਕ ਕਰਨੀ ਹੈ
चाचा जी जाके करियो जरा ए पिछे दे बच्ची माशाल्लाह जी आप ही पहलन बच्ची है पिछे भी ये बच्ची है करम वाली दो ही ने 14 किलो दुध की गारंटी है सोने थल लगे ने ठीक है भाई लम्मी टोर के ला चलो माशाल्लाह जी की नस्ल है जी भट्टो साहब दी फ्रीजियन ते आस्ट्रेलियन क्रॉस है माशाल्लाह जी लिबास भी दोस्तों चेक करना आर्डर क्वालिटी माशाल्लाह जी दोस्तों के सामने ठीक है जी पहलन होके थान भी सोने लगे ने जी भट्टो साहब करो जी खड़ाक वैट नंबर एक का रेट माशाल्लाह 2,75,000 रुपया 2,75,000 मजबूत क्रॉस है गर्मिया का तोहफा वे भाई करामत जरा स्लो करियो जाके पिछे दे पिछे भाई भाई बच्ची ए पिछे दे बच्ची माशाल्लाह जी करम वाली अभी दो ने 12 किलो बोला वे साहिवाल ज्यादा वे ते गर्मिया का तोहफा ये ठीक है भाई करामत लम्मी टोर के ला चलो थान सोने पावरफुल माशाल्लाह जी मजा ने लगे ने लबास दोस्तों फिर चेक करना है भी कादावर है हाइट भी चंगी है आओ जी भाई अमानत वैड नंबर 2 दा रेट लाओ जी भाई जान माशाल्लाह इदा लाहड़ो खड़ा करो करो जी वटे खड़ा करो भाई जी 2,35,000 रुपया 2,35,000 माशाल्लाह जी 12 किलो बोला ना होए जी ठीक है बैडी फ्री ठीक है जी बैडी क्या क्या फ्री फ्री बैडी जी बेहतर हो गया आगे भाई लाओ जी नंबर 3 वाली ओ ले अब बैठ जा थले ਐਂਜੀ ਬਵਾ ਥਲੇ ਠੀਕ ਹੈ ਭਾਜੀ ਅੱਲਾ ਦੇ ਫਜ਼ਲ ਕਰਮ ਨਾਲ चंगी असली ते नस्ली चीज है अख मोटी है मथे च बैंड भी है ਆ ਵੀ ਚੁੰਗੀ ਮਾਸ਼ਾਅੱਲਾ ਜੀ ਗੱਬਣ ਨੇ ਪਹਿਲਨ ਨੇ ਜੀ ਵੀ ਪਹਿਲਨ ਪਹਿਲਨ ਕਿੰਨੇ ਦੰਦ ਹੈ ਭਾਈ ਅਮਾਨਤ 4 ਦੰਦ ਪਹਿਲਨ ਵੈੜ ਗੱਬਣ ਮਾਸ਼ਾਅੱਲਾ ਜੀ ਹਾਲੇ ਕੱਚੀ ਦਿਨ ਕਿੰਨੇ ਗਲੈਰੀ ਟੋਰੇ ਭਾਈ ਜਰਾ ਜੀ 10 12 ਦਿਨ ਲੈਂਦੀ ਜੀ 10 12 ਦਿਨ ਲੈਂਦੀ ਹੈ ਮਾਸ਼ਾਅੱਲਾ ਜੀ ਲਿਬਾਸ ਵੀ ਦੋਸਤਾਂ ਵੇਖ ਲੈਣਾ ਵੇ ਥਣ ਵੀ ਚੈੱਕ ਕਰਨੇ ਨੇ ਸੁਬਾ ਪਹਿਲਾ ਸੁਣਾ ਹੈ ਮਾਸ਼ਾਅੱਲਾ ਜੀ 4 ਦੰਦ ਤੇ ਇਹਦੇ ਕੰਨ ਵੇਖੋ ਤੇ ਇਹਦੀ ਅੱਖ ਵੇਖੋ ਕਿਹੜੀ ਮੈਂ ਚੈੱਕ ਕਰਾਣਾ ਜੀ ਭਾਈ ਲਿਆਓ ਜਰਾ ਪਰਤਾ ਕੇ ਆ ਚੈੱਕ ਕਰੋ ਮਾਸ਼ਾਅੱਲਾ ਜੀ ਚਿਹਰਾ ਦੋਸਤਾਂ ਵੇਖਣਾ ਵੇ ਅੱਖ ਮੋਟੀ ਹੈ ਮੱਥੇ 'ਚ ਬੈਂਡ ਵੀ ਆਵੇ ਜਰਸੀ ਤੇ ਚੁਲਸਾ ਨਹੀਂ ਕਰਾਸੇ ਜੀ 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 ਮਾਸ਼ਾਅੱਲਾ ਜੀ ਚੰਗਾ ਮਜ਼ਬੂਤ ਕਰਾਸੇ ਭਾਈ ਇੱਥੇ ਜ਼ਰਾ ਸਿੱਧੀ ਕਰਿਓ ਹਾਈਟ ਵੇਖੋ ਪਛੜੀ ਬਰੀਕੀਆਂ ਵੇਖੋ ਮਾਸ਼ਾਅੱਲਾ ਕੰਨ ਵੀ ਛੋਟੇ ਨੇ ਮਾਸ਼ਾਅੱਲਾ ਜੀ ਨਸਲ ਚੰਗੀ ਹੈ ਪਹਿਲਨ ਵੈੜ ਜਰਸੀ ਭਾਈ ਜ਼ਰਾ ਖੁੱਲੀ ਕਰੋ ਹਾਂ ਹੱਥੇ ਖਲਾਰੋ ਕੈਮਰਾ ਥੋੜੀ ਦੂਰ ਕਰੋ ਪੂਰੀ ਨਜ਼ਰ ਆਏ ਕੈਮਰੇ 'ਚ ਭਾਈ ਫਰਾਜ਼ ਲੋ ਇਤਰਾ ਆ ਚੈੱਕ ਕਰੋ ਮਾਸ਼ਾਅੱਲਾ दिन तकरीबन 10 to 12 लिंदी भी 4 दंद नस्ल बड़ी है जर्सी ते चुलस्तानी क्रॉस भाई करामत दा चेहरा सामने करे जी चेहरे की खूबसूरती दोस्तों वेखनी है चेक करो माशाल्लाह जी कन्न छोटे ने अख मोटी है मत्थे च बैंड भी है ठीक है भाई लम्मी टोर के लावो जी आओ जी भाई अमानत साहब की रेट है जी वैड नंबर 3 दा भाई फरा ने जिस भरा चंगी लगे ना उन्नी गल किसी अपनी मेहनत करनी ते गल सुनो ਸਾਡੇ ਬੱਚਿਆਂ ਨੂੰ ਦੁਆ ਕਰੇਗਾ ਸਾਨੂੰ ਵੀ ਅੱਲਾਹ ਅੱਲਾਹ ਦੀ ਰਜ਼ਾ ਦੇ ਪਿਆ ਜੀ ਜੀ ਤੁਹਾਨੂੰ ਆਖਾਂ ਮੇਰੀ ਜ਼ਗਨੀ ਰੱਖਦਾ ਪਰ ਨਾਲੇ ਹੋਰ ਗੱਲ ਜੇ ਠੀਕ ਹੈ ਮੈਂ ਆਪਣੇ ਬੱਚਿਆਂ ਦਾ ਮੁਨਾਸਬ ਨਹੀਂ ਰੱਖਦਾ ਹਦਾ ਜੇ ਪਿਆ ਜੀ ਬਿਹਤਰ ਹੋ ਗਿਆ ਭਾਜੀ ਦੀ 2,55,000 ਰੁਪਇਆ 2,55,000 ਜੀ ਜੀ ਬਿਹਤਰ ਹੋ ਗਿਆ ਮਾਸ਼ਾਅੱਲਾ ਜੀ ਚੰਗੀ ਅਸਲੀ ਤੇ ਨਸਲੀ ਚੀਜ਼ ਹੈ ਜਰਸੀ ਤੇ ਚੁਲਸਤਾਨੀ ਕਰਾਸ ਹੈ ਕੀਮਤ 2,55,000 ਭਾਈ ਪਰ ਲੈ ਲਿਆ ਉਹ ਅੱਗੇ ਮਾਸ਼ਾਅੱਲਾ ਜੀ ਆ ਗਈ ਹੈ ਨੰਬਰ 4 ਤੇ ਆਓ ਜੀ ਭਾਈ ਕਰਾਮ ਸਾਹਿਬ ਜੀ ਭਟੋ ਸਾਹਿਬ ਕਿੰਨਵਾ ਸੁਆ ਜੇ ਦਾ ਇਹ ਭਾਜੀ ਦੂਸਰੇ ਸੁਈ ਸੁਆ ਦੂਸਰਾ ਸੁਈ ਹੈ ਥੱਲੇ ਪੂਰਾ ਮੈਦਾਨ ਲਾਇਆ ਮਾਸ਼ਾਅੱਲਾ ਜੀ ਕਾਲੇ ਥਣ ਲੱਗੇ ਨੇ ਥਾਣਾ ਦੀ ਵੰਡ ਦੋਸਤਾਂ ਵੇਖਣੀ ਹੈ ਵੀ ਮੋਨੀ ਹੈ ਸੇਮ ਪ੍ਰਿੰਟ ਵਿੱਚ ਅੱਥੇ ਭਾਈ ਜਰਾ ਲੰਮੀ ਕਰੋ ਜੀ ਕਿਦਾਂ ਦੀ ਸੁਈ ਹੈ ਜੀ ਭਾਜੀ ਤੀਸਰਾ ਦਿਨ ਹੋਇਆ ਜੀ ਖਿਲਾਰੇ ਭਾਈ ਜਾਨ ਬੋਲੇ ਤੇ ਵੇ ਤੀਸਰਾ ਦਿਨ ਨੇ ਬੋਲਾ ਕਿੰਨਾ ਕਿਹਦੇ ਕੋਲ ਭਾਜੀ ਕੋ 14 15 ਕਿਲੋ ਬੋਲਿਆ ਮਾਸ਼ਾ 14 15 ਕਿਲੋ ਬੋਲਾ ਵੇ ਜੰਜ ਲਬਾਸ ਕੀਤਾ ਭਟੋ ਸਾਹਿਬ 16 17 ਕਿਲੋ ਵੀ ਕਹਿ ਸਕਦੇ ਆ ਲੇਕਿਨ ਅੱਛੀ ਗੱਲ ਹੈ ਜੋ ਹੈ ਵੇ ਚਿਹਰੇ ਦੀ ਬਰੀਕੀ ਵੇਖਣੀ ਹੈ ਵੀ ਮੋਨੀ ਮਾਸ਼ਾਅੱਲਾ ਜੀ ਸੁਬਾ ਦੂਸਰਾ ਵੇ ਤੇ ਤੀਸਰਾ ਦਿਨ ਨੇ ਬੋਲੇ ਤੇ ਵੇ ਨਸਲ ਕੀ ਜੇ ਦੀ ਨਸਲ
मुकम्मल नजारा करना है। सुबह दूसरा वे 14 to 15 किलो बोला वे नंबर 4 ते चेक कराने आ बजदी रही है। पैर थोड़े वैड़ी दे वेखो ना, पैर तो थोड़ी कसे ने थोड़े, समझो कच्चे कुचे नहीं बजी, सीधी करायो जी, पिछे करो जरा थोड़ी, ठीक है भाई बनो ना, समझ होर बैड़ी लत नहीं चुकती, ठीक है ओ गड्डी तों थोड़ा मठी जिहा मैं फिर गई लाण लगे हां जी, बेहतर हो गया की कीमत है जी पटो साहब दी भाजी, जिंदाबाद माशाल्लाह जी, 5000 होर डाउन करो, 290 हो गया, 290000 करो, है कोल ही जे भाजी, अल्लाह ने फजल करम ना कोल ही होने को 2 मिनट बयाना कराए इंशाल्लाह ओदी है जी, बेहतर होगा माशाल्लाह जी। 14 तो 15 किलो बोला वे किन्ने वाली है, वैड़ी किन्ने वाली है,2,90,000 बोला 14 to 15 किलो लिबास दोस्तों फिर चेक करना माशाल्लाह जी, सोना मैदान लाया वे जर्सी तो चुलस्तानी क्रास से अगे भाई लिया जी नंबर 5 वाली अगे आ गई माशाल्लाह जी, नंबर 5 ते आ गई रवेल बड़ी है, थानवी सोने पावरफुल लगे ने माशाल्लाह जी, करम वालिया भी दोने पिछे बची है, हां जी बची है, किनवा सुआ जी पट्टो साबत उसा सुआ कन्निया दे उल सावे करन दई है, कन्निया दे दंद सावे कर दी है, फिर रवेल चेक करनी माशाल्लाह जी, सारीयां गावां दी वैड़ां दी इन्नी रवेल ही नहीं हुंदी माशाल्लाह जी, सोलह किलो दुध की गारंटी माशाल्लाह जी पिछे बची है लिया जी बुजुर्गो बची अगे लो पिछे बची माशाल्लाह जी, 16 किलो दुध की गारंटी है, सुबह दूसरा सुई है, दिन तकरीबन कोई 9-10 हो गए ने, रवेल बड़ी है बारीकी दोस्त, बच्ची ਦੇ ਨਾਲ ਤੁਹਾਨੂੰ ਮੈਂ ਤੁਹਾਡੂ ਕੈਮਰੇ ਨੂੰ ਡਰਦੀ ਹੋਰ ਬੱਚੀ ਨੂੰ ਬੰਗਾ ਲਾਣ ਦੀ ਕੋਈ ਜ਼ਰੂਰਤ ਨਹੀਂ, ਠੀਕ ਐ ਵੇਖੋ ਨਾਲ ਨਾੜੂ ਨਜ਼ਰ ਆ ਰਿਹਾ, ਨਜ਼ਰ ਆ ਰਿਹਾ ਜੀ, ਗੱਲ ਇੱਥੇ ਬੱਚੀ ਨੂੰ ਕਰ ਲੈਣਾ, ਸਾਰੇ ਬੰਦੇ ਜਿਹੜੇ ਬੈਠੇ ਨੇ ਅੱਡੋ ਅੱਡ ਸਾਰੇ ਬੈਠ, ਠੀਕ ਐ ਬੱਚੀ ਅੱਲਾ ਦੇ ਫਜ਼ਲੋ ਕਦਮ ਨਹੀਂ ਚੁੱਕਣ ਲੱਗੀ ਜੀ, ਬਿਹਤਰ ਹੋ ਗਿਆ ਮਾਸ਼ਾਅੱਲਾ ਜੀ, ਠੀਕ ਐ ਭਾਈ ਲੈ ਚਲੋ ਜੀ ਜੀ ਭਾਈ, ਅਮਾਨਤ ਸਾਹਿਬ ਕੀ ਰੇਟ ਹੈ ਜੀ ਵੈਡ ਨੰਬਰ 5 ਦਾ, मैं मुलाजम आया, मैं मेरा मुलाजम मेरा वीर है,
ਭਾਅ ਤੈਨੂੰ ਕੀ ਆਖਿਆ ਕਿ ਸਾਨੂੰ ਗਾਵਾਂ 'ਚ ਕੀ ਕੁਝ ਪਿਆ ਮੈਂ ਬੱਚੇ ਠੀਕ ਹੈ ਕਿੱਥੋਂ ਆਇਆ ਮੈਂ ਚੰਗੂ ਆਇਆ ਕਿਉਂ ਆਇਆ ਨਹੀਂ ਨਹੀਂ ਉਹ ਸਾਡੇ ਕੋਈ ਗੱਲਾਂ ਸੁਣੀ ਤਾਂ ਆਇਆ ਅੱਛਾ ਤੂੰ ਕੱਲ੍ਹ ਤਾਂ ਆਇਆ ਕੋਈ ਸਾਡੇ ਜੀ ਤੈਨੂੰ ਤੈਨੂੰ ਤੁਹਾਡੇ ਨਾਲ ਮੁਲਾਜ਼ਮ ਵਾਲਾ ਸਲੂਕ ਹੈ ਸੁਬਹਾ ਮੈਂ ਦਵਾਈਆਂ ਨਿਭਾਲੀਆਂ ਨੇ ਤੁਹਾਨੂੰ ਮੈਂ ਕੀ ਆਖਿਆ ਕੀ ਆਖਿਆ ਤੁਹਾਨੂੰ ਸਾਡੇ ਮੈਂ ਦੁਆ ਦੂਰ ਕਰਨਾ ਠੀਕ ਹੈ ਅੱਲਾ ਇਜਾਜ਼ ਸਾਨੂੰ ਹਿੰਮਤ ਦੇਵੇ ਔਰ ਮੇਰੀ ਕੋਈ ਸਪਲਾਈਆਂ ਕਰਨ ਦੀ ਨਾ ਹਿੰਮਤ ਦੇਵੇ ਮੈਂ ਤੁਹਾਨੂੰ ਜੈਦਵਨ ਹੁਣ ਵੀ ਗੱਲ ਦੱਸਣਾ ਸਪਲਾਈਆਂ ਕਰਨ ਦੀ ਨਾ ਹਿੰਮਤ ਦੇਵੇ ਐਂਜਲ ਕਰਨ ਦੀ ਹਿੰਮਤ ਦੇਵੇ ਜਿਹੜੇ ਜੋ ਥੱਲੇ ਵੇ ਨਾ ਵੇਖੋ ਮੇਰੀ ਫਿਰ ਵੀ ਮਿੰਨਤ ਕਰ ਲਗਾ ਵੇ ਭਾਈ ਜਾਣ ਗਾਂ ਇੱਕ ਟਾਈਮ ਨਾ ਚੋਗ ਖੜੋ ਖੁਦਾ ਵਾਸਤੇ ਕਰਕੇ ਕਿੱਥੋਂ ਤੁਸੀਂ ਆਉਂਦੇ ਹੋ ਇੱਕ ਟਾਈਮ ਗਾਂ ਨਾ ਚੋਗੋ ਇੱਕ ਟਾਈਮ ਸਾਫ਼ ਕਰਾਓ ਦੋ ਟਾਈਮ ਗਾਵਾਂ 'ਚ ਆਓ ਠੀਕ ਹੈ ਜੇ ਮਿਆਰ ਦੇਵੇ ਤਾਂ ਭਾਅ ਜੀ ਅੱਲਾ ਦੇ ਫਜ਼ਲ ਕਰਨਾ ਕੋਈ ਠੀਕ ਹੋ ਗਿਆ ਨਾ ਦੇਵੇ ਤਾਂ ਚੌਲ ਸਾਹਿਬ ਆਖੋ ਕੋ ਨਿਕਲੇ ਆਪਣੇ ਘਰ ਚੱਲੇ ਹਾਂ ਠੀਕ ਹੋ ਗਿਆ ਮੇਰੀ ਸਾਰੇ ਭਰਾਵਾਂ ਨੂੰ ਸਲਾਮ ਹੋਰ ਬੰਦੇ ਆਏ ਤੇ ਗਾਹਕ ਬੈਠੇ ਭਾਅ ਜੀ ਮੇਰੇ ਮਹਿਮਾਨ ਨੇ ਗਾਹਕ ਨੇ ਮੇਰੇ ਠੀਕ ਹੈ ਠੀਕ ਹੈ ਸਮਝ ਦਿਓ ਦੇਣਾ ਕੋਈ ਪੈਗਾਮ ਭਾਈ ਤੁਸੀਂ ਠੀਕ ਹੈ ਆਏ ਨੇ ਬਿਲਕੁਲ ਬੈਠੇ ਨੇ ਮੱਲੂ ਛੇਤੋ ਆਏ ਨੇ ਭਾਈ ਜੀ ਬਹੁਤ ਸ਼ੁਕਰੀਆ ਜੀ ਭੱਟੋ ਸਾਹਿਬ ਬਹੁਤ ਸ਼ੁਕਰੀਆ ਜਿਹੜੀ ਚੰਗੀ ਲੱਗਦੀ ਹੈ ਠੀਕ ਹੈ ਜੀ ਇਜਾਜ਼ਤ ਚਾਹੁੰਦੇ ਅੱਲਾ ਹਾਫਿਜ਼